सत श्री अकाल, मैं जसपाल सिंह और स्वागत है सारे का बाबूशाही टाइम्स के उपर। 1984 घल्लूघारा वापरिया सी और सेंटर सरकार वालों दरबार साहब के उपर अकाल तख्त साहब के उपर फौजा के नाल हमला करके इतने नेस्तो नबूद किया गया सी। सैकड़े लोगों दान गई सी। उस जी जदोजहद से संघर्षी वो एक तो जर संत जरनैल सिंह पिंडरांवाले से उन्होंने नाल एक आर्मी तो सी जनरल सुबेग सिंह सी। उन्हां दी बड़ी वड्डी भूमिका सी संत जरनैल सिंह दे नाल संघर्ष दे विच जिहड़ी लड़ाई उन्होंने विढ़ी सी। सो वो जनरल सुबेग सिंह बारे जानण दी असीं कोशिश करांगे। साडे नाल ही उन्हां दे भरा सरदार बेअंत सिंह जी। असीं सब तो पहला इन्हां दा स्वागत करते हैं। सरदार साहब तुहाडा बहुत बहुत स्वागत है जी। सरदार साहब सानूं एक दसो, तुसीं जनरल सुबेग सिंह दा बचपन किवें दा सी? जिवें मतलब कोई बच्चा शरारती हुंदा जां कोई सीरियस किस्म दा हुंदा, तां जनरल सुबेग सिंह जिहड़े सी उहनां दी जिहड़ी परसनैलिटी सी बचपन दे विच किवें दी सी? ਇਹਦੇ ਕਹਿਣ ਮੁਤਾਬਕ ਸੀ ਉਹ ਬੜੇ ਇੰਟੈਲੀਜੈਂਟ ਸੀਗੇ ਅਤੇ ਸ਼ਰਾਰਤੀ, ਮਤਲਬ ਕਿ ਸਿਆਣੇ ਸ਼ਰਾਰਤੀ ਜਿਹਨੂੰ ਬੱਚੇ ਨੂੰ ਕਿਹਾ ਜਾਂਦਾ ਨਾ ਉਹ ਸੀਗੇ। ਗੁਰਬਾਣੀ ਦੇ ਮਾਹਰ ਸੀ ਬੜੀ ਛੋਟੀ ਉਮਰ 'ਚ। ਉਹਨਾਂ ਨੂੰ ਕੁੱਛੜ ਚੁੱਕ ਕੇ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਜਲੂਸ ਨਿਕਲਦਾ ਜਾਂ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੀ ਪਾਲਕੀ ਆਉਂਦੀ ਆ ਉਹਦੇ ਵਿੱਚ ਫਿਰ ਉਹਨਾਂ ਨੂੰ ਗੁਰਬਾਣੀ ਕੰਠ ਹੁੰਦੀ ਅਤੇ ਉਹ ਸੁਣਾਉਂਦੇ ਅਤੇ ਫਿਰ ਉਹਨਾਂ ਨੂੰ ਇਨਾਮ ਮਿਲਦਾ ਹੁੰਦਾ ਹੈ। ਠੀਕ ਹੈ ਜੀ। ਇੰਨੇ ਪੜ੍ਹ 'ਚ ਵੀ ਹੁਸ਼ਿਆਰ ਸੀ ਅਤੇ ਬਚਪਨ 'ਚ ਵੀ ਉਹਨਾਂ ਨੂੰ ਗੁਰਬਾਣੀ ਮਾਤਾ ਦੇ ਘਰਾਂ ਯਾਦ ਸੀ ਕਿ ਬਹੁਤ ਹੁੰਦਾ ਸੀ। ਛੋਟੇ ਬਚਪਨ 'ਚ ਹੁੰਦੇ ਆ ਨਾਮ ਲੈਂਦੇ ਰਿਹਾ। ਜਿਹੜਾ ਤੁਹਾਡਾ ਪਰਿਵਾਰਕ ਕਿੱਤਾ ਆ ਖੇਤੀਬਾੜੀ ਆ ਜਾਂ ਕੋਈ ਹੋਰ ਬਿਜ਼ਨਸ ਸੀ ਉਹਦੇ 'ਚ? ਨਹੀਂ ਜੀ, ਅਸੀਂ ਮਾਤਾ ਜੀ ਨੇ ਆਪਣੇ ਪਿਤਾ ਜੀ ਨੇ ਖੇਤੀ ਨਹੀਂ ਕੀਤੀ। ਅੱਛਾ ਜੀ। ਅਸੀਂ ਆਣ ਕੇ ਖੇਤੀ ਕੀਤੀ ਆ, ਉਹਨਾਂ ਦੇ ਪਿਤਾ ਜੀ ਨੇ ਕੀਤੀ, ਠੇਕੇ 'ਤੇ ਦਿੰਦੇ ਰਹੇ ਜਿਵੇਂ। ਠੀਕ ਹੈ ਜੀ। ਆਪ ਨਹੀਂ ਉਹ ਕਰਦੇ ਰਹੇ, ਪਿਤਾ ਜੀ ਨੰਬਰਦਾਰ ਸੀਗੇ, ਉਹਨਾਂ ਦੇ ਪਿਤਾ ਜੀ ਵੀ ਨੰਬਰਦਾਰ ਸੀਗੇ। ਠੀਕ ਹੈ ਜੀ। ਹੁਣ ਨੰਬਰਦਾਰੀ ਮੇਰੇ ਕੋਲ ਆ, ਉਹਨਾਂ ਨੇ ਵਾਹੀ ਨਹੀਂ ਕੀਤੀ, ਠੇਕੇ 'ਤੇ ਕਰਦੇ ਰਹੇ ਉਹ। ਠੀਕ ਹੈ। ਇਹ ਜਿਹੜੇ ਜਨਰਲ ਸਾਹਿਬ ਆਰਮੀ 'ਚ ਗਏ, ਉਹਦੇ ਪਿੱਛੇ ਕੀ ਪ੍ਰੇਰਣਾ ਸੀ ਉਹਨਾਂ ਦੀ? ਆਰਮੀ ਵੱਲ ਕਿਉਂ ਗਏ, ਕੀ ਪ੍ਰਭਾਵ ਸੀ ਉਹਨਾਂ ਦਾ? ਇਹ ਸੀ, ਇੱਥੇ ਅੰਮ੍ਰਿਤਸਰ ਖਾਲਸਾ ਕਾਲਜ ਪੜ੍ਹਦੇ ਸੀਗੇ। ਇਹਨਾਂ ਦੇ ਵਿੱਚ ਕੋਈ ਆਪਣਾ ਆਪੋ ਝਗੜਾ ਆਇਆ ਆਪਣੇ ਪ੍ਰੋਫੈਸਰਾਂ ਦਾ, ਉਹਦੇ ਕਰਕੇ ਫਿਰ ਇੱਥੋਂ ਬਦਲ ਜਾ ਕੇ ਲਾਹੌਰ ਚਲੇ ਗਏ ਸੀ। ਅੱਛਾ। ਉੱਥੇ ਸਿੱਖ ਨੈਸ਼ਨਲ ਕਾਲਜ ਲਾਹੌਰ 'ਚ ਪੜ੍ਹੇ ਨੇ। ਠੀਕ ਹੈ। ਉਦੋਂ ਪ੍ਰੈਪ ਹੁੰਦੀ ਸੀ, ਸੈਕਿੰਡ ਈਅਰ। ਕਿਹੜੀ ਸੰਨ ਦੀ ਗੱਲ ਕਰ ਰਹੇ ਹੋ ਤੁਸੀਂ? ਇਹ ਸੰਨ 'ਤੇ ਦਾ ਜ਼ਿਆਦਾ ਨਹੀਂ ਪਤਾ, ਇਹ ਮਤਲਬ ਕਿ 15 ਸਾਲ ਪਹਿਲਾਂ ਪਾਕਿਸਤਾਨ ਬਣਨ ਤੋਂ, 15-18-20 ਸਾਲ ਪਹਿਲਾਂ ਦੀ ਗੱਲ। ਹਾਂਜੀ। ਉਦੋਂ ਫਿਰ ਸਿੱਖ ਨੈਸ਼ਨਲ ਕਾਲਜ ਲਾਹੌਰ ਸੀ, ਉੱਥੋਂ ਬੀ ਏ ਕੀਤੀ ਇਹਨਾਂ ਨੇ, ਪ੍ਰੈਪ ਤੋਂ ਬਾਅਦ ਬੀ ਏ ਕਰਦੇ। ਉੱਥੋਂ ਫਿਰ ਉਹਨਾਂ ਨੇ ਵੈਕੈਂਸੀਆਂ ਕੱਢੀਆਂ ਅੰਗਰੇਜ਼ ਗੌਰਮੈਂਟ ਨੇ, ਫਿਰ ਉਹਦੇ 'ਚ ਲੈਫਟੀਨੈਂਟ ਡਾਇਰੈਕਟ ਸਿਲੈਕਟ ਹੋਏ। ਠੀਕ ਹੈ ਜੀ। ਜਨਰਲ ਸੁਬੇਗ ਸਿੰਘ ਆਰਮੀ 'ਚ ਗਏ, ਉੱਥੇ ਉਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਲੱਗੇ, ਕਰਪਸ਼ਨ ਦੇ ਲੱਗੇ ਜਾਂ ਅਨੁਸ਼ਾਸਨਹੀਣਤਾ ਨੂੰ ਵੀ, ਜਿਹੜੇ ਆਰਮੀ ਦੇ ਸਹੀ ਤਰੀਕੇ ਨਾਲ ਇੰਸਟਰਕਸ਼ਨ ਨਹੀਂ ਸੀ ਫੋਲੋ ਕਰਦੇ, ਤਾਂ ਉਹਦੇ ਪਿੱਛੇ ਕੀ ਕਾਰਨ ਸੀ ਉਹਨਾਂ ਦੇ? ਵੇਖੋ ਜੀ, ਉਹਨਾਂ ਨੂੰ ABSM ਮਿਲਿਆ ਸੀ, PBSM ਮਿਲਿਆ ਸੀ, ਬੰਗਲਾਦੇਸ਼ ਦੇ ਵਿੱਚ ਮੁਕਤੀ ਗਵਾਨੀ ਦੇ ਕਮਾਂਡਰ ਸੀਗੇ। ਉਦੋਂ ਬੜੇ ਅਲਰਜੀ ਹੋਈ ਆ ਜਾਂ ਕੇਸ ਪਾਏ, ਸਾਰੇ ਉਹਦੇ ਜਨਰਲ ਰਹਿਣਾ ਸੀਗਾ ਜੰਮੂ ਕਸ਼ਮੀਰ ਦਾ। ਇਹਨੇ ਇੱਕ ਮਾਮੂਲੀ ਜਿਹਾ ਕੇਸ ਪਾਤਾ ਸੀ ਸ਼ਰਾਬ ਦਾ, ਕੰਟੀਨ 'ਚੋਂ ਸ਼ਰਾਬ ਲੈ ਕੇ, ਜਦੋਂ ਕਿ ਸ਼ਰਾਬ ਪੀਂਦੇ ਨਹੀਂ ਸੀਗੇ, ਉਹਨਾਂ ਦਾ ਕੋਈ ਵਾਸਤਾ ਨਹੀਂ ਇਹੋ ਜਿਹੇ ਕੰਮਾਂ ਨਾਲ। ਉਹ ਇੱਕ ਬੜੇ ਇੰਟੈਲੀਜੈਂਟ ਸੀਗੇ ਅਤੇ ਬੜਾ, ਉਹ ਤਾਂ ਸਾਨੂੰ ਵੀ ਮਨਾ ਕਰ ਦਿੰਦੇ ਸੀ ਸ਼ਰਾਰਤਾਂ ਤੋਂ, ਇਹੋ ਜਿਹੇ ਕੰਮਾਂ ਤੋਂ, ਇਹ ਕੰਮ 'ਚ ਨਹੀਂ। ਬਾਅਦ 'ਚ ਉਹ ਜਿਹਨਾਂ ਕੇਸ ਕੀਤਾ ਸੀ ਉਹ ਸਰਕਾਰੀ ਵਕੀਲ ਨੂੰ ਮਿਲੇ, ਉਹਨਾਂ ਆਖਿਆ ਜੇ ਮੈਂ ਗਲਤ ਆ ਤਾਂ ਮੇਰੇ 'ਤੇ ਕੇਸ ਦੋਹਾਂ ਪਾਇਆ, ਜੇ ਨਹੀਂ ਤਾਂ ਉਹਨੇ ਫਿਰ ਗਵਾਹੀ ਨਹੀਂ ਸੀ ਦਿੱਤੀ। ਲਖਨਊ ਦਾ ਕੋਈ ਵਕੀਲ ਸੀਗਾ, ਉਹਨੇ ਫਿਰ ਗਵਾਹੀ ਨਹੀਂ ਦਿੱਤੀ। ਉਹਨੇ ਕਿਹਾ ਸਰਾਜ ਸਾਹਿਬ ਮੈਂ ਚੀਜ਼ ਨੂੰ ਸਮਝਦਾ ਅਤੇ ਮੈਂ ਗਵਾਹੀ ਨਹੀਂ ਦਊਂਗਾ, ਤੁਸੀਂ ਮੇਰੇ ਵੱਲੋਂ ਬੇਫਿਕਰ ਹੋ। ਉਹਨੇ ਨਹੀਂ ਦਿੱਤੀ, ਫਿਰ ਇਹ ਬਰੀਏ। ਜਦੋਂ ਸੁਬੇਗ ਸਿੰਘ ਜੀ ਆ ਗਏ ਇੱਧਰ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਆ ਗਏ, ਰਲ ਗਏ, ਉਦੋਂ ਜਦੋਂ ਤੁਹਾਡੇ ਪਰਿਵਾਰ ਨੂੰ ਪਤਾ ਲੱਗਿਆ ਕਿ ਇੱਕ ਬਾਗੀ ਤਬੀਅਤ ਦੇ ਮਾਲਕ ਹੋਣੇ ਦੂਸਰੇ ਪਾਸੇ ਤੁਰ ਪਏ, ਜਿਹਦੀ ਧਿਰ ਨੂੰ ਸਰਕਾਰ ਐਕਸੈਪਟ ਨਹੀਂ ਕਰ ਰਹੀ, ਤਾਂ ਉਦੋਂ ਤੁਹਾਡੇ ਪਰਿਵਾਰ ਦੇ ਵਿੱਚ ਕੀ ਵਾਪਰੀ? ਤੁਸੀਂ ਉਸ ਚੀਜ਼ ਨੂੰ ਐਕਸੈਪਟ ਕਰ ਲਿਆ ਜਾਂ ਤੁਸੀਂ ਸੁਬੇਗ ਸਿੰਘ ਦਾ ਵਿਰੋਧ ਕੀਤਾ? ਨਹੀਂ ਨਹੀਂ, ਵੇਖੋ ਉਹ ਬਾਗੀ ਵਾਲਾ ਉਹਦਾ ਕੋਈ ਚੱਕਰ ਨਹੀਂ ਸੀਗਾ, ਸਿਰਫ SGP ਦੇ ਉੱਤੇ ਕਬਜ਼ੇ ਦਾ ਚੱਕਰ ਸੀਗਾ। ਉਹਦੇ ਵਿੱਚ ਬਾਦਲ ਨੇ ਉਹਦੇ ਚੀਫ ਮਿਨਿਸਟਰ ਨੇ, ਟੋਰੇ ਨੇ, ਸਭ ਕੁਛ ਮਿਲ ਕੇ ਜਾ ਕੇ ਰਿਟਰਨ ਵੀ ਹੈਗਾ ਸਾਡੇ ਕੋਲ, ਜਿਹੜਾ ਆਪਣੇ ਨਾਲ ਸੰਤ ਲੌਂਗੋਵਾਲ ਨੇ ਜਾ ਕੇ ਦਿੱਤਾ ਸੀ ਕਿ ਸਾਨੂੰ ਇੱਥੋਂ ਆਜ਼ਾਦ ਕਰਾਇਆ ਜਾਵੇ, ਸੰਤਾਂ ਨੂੰ ਇੱਥੋਂ ਕੱਢਿਆ ਜਾਵੇ। ਠੀਕ ਹੈ। ਇਹ ਤਾਂ ਮੋਰਚੀ ਹੈਗਾ, ਕਬੂਰੀ ਦਾ ਮੋਰਚਾ ਸੀਗਾ, ਆਰਾਮ ਨਾਲ ਚੱਲਣ ਡਿਆ ਸੀ, ਸ਼ਾਂਤਮਈ ਮੋਰਚਾ ਸੀਗਾ। ਇਹਨਾਂ ਦਾ ਫੇਲ ਹੋ ਗਿਆ, ਉਹਨਾਂ ਨੇ ਹੈਂਡਲ ਕਰ ਲਿਆ, ਉਹ ਤੋਂ ਲੜੀ। ਬਾਕੀ ਉਹਨਾਂ ਇਹ SGP ਸੀ ਉੱਤੇ ਇਹਦਾ ਕਬਜ਼ਾ ਨਾ ਹੋ ਜਾਵੇ, ਸੰਤ ਦਾ ਮਾਰਸ਼ਲ ਤਾਂ ਹੈ ਨਹੀਂ, ਉਹ ਸੱਚੀ ਗੱਲ ਕਰਦੇ ਸੀ, ਉਹ ਬਣਤਾਂ ਦੀ ਗੱਲ ਵੀ ਕਰਦੇ ਸੀ, ਉਹ ਸਿੱਖਾਂ ਦੀ ਗੱਲ ਵੀ ਕਰਦੇ ਸੀ, ਉਹ ਜ਼ਿਮੀਂਦਾਰਾਂ ਦੀ ਗੱਲ ਵੀ ਕਰਦੇ ਸੀ, ਦੁਕਾਨਦਾਰਾਂ ਦੀ ਗੱਲ ਵੀ ਕਰਦੇ ਸੀ, ਜਿਹਨਾਂ ਧੱਕਾ ਹੁੰਦਾ ਸੀ ਉਹਦੇ ਨਾਲ ਖੜ੍ਹੇ ਹੁੰਦੇ ਸੀ।
तो अं नहीं समझ उन्होंने कोई गलत स्टैप लिया ना ही भाजी ने मना कर सकता ना यह तबीयत दे है गई। ये तो फिर गेम बदलती बदल गई जदों सरकार अपनी सिख पंथ वाले ही जो उन्होंने उतों कढ़ना चाहते ही तो उन्होंने मामूली जहा समझा कि उन्होंने पढ़न गए तो बहर कढ़ दे उदो गां फिर कम वादा गया क्यों किसी ने कोई विशतान अंश वड़ जाते हैं उन्हें कि डकैती मार ली जां कि लुटखो कर ली जां किसी नजायज किया पर संतां वालों किसी को कोई यहोजा हुक्म नहीं होंदा वो जे कोई जान के सरकार जिहड़े कोई एजेंसियां वगैरह विच बंदे वा दिंदे उहदे करके अदरवाइज यहोजा कम कोई नहीं ना आए भाई नूं मना कर दे। वैसे पुछीदा है कि भाई साहब की प्रोग्राम किदां चलदा रहा शांतमई ढंग नाल चलण रहा पानी का बिजली का मसला है साहिब तो की लैणा देणा ਜਿਹੜਾ ਤੁਸੀਂ ਲੜਾਈ ਦੇ ਬਾਅਦ ਬਦਲ ਗਈ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਤੁਹਾਡੇ ਕੋਲ ਲਿਖਤੀ ਡਾਕੂਮੈਂਟ ਨੇ ਉਹ ਕਿਸ ਕਿਸਮ ਦੇ ਡਾਕੂਮੈਂਟ ਆ ਵੀ ਜਿਹੜੇ ਮਿਲੀ ਭੁਗਤ ਨਾਲ ਕੰਮ ਹੋਇਆ ਸੀ ਉਹ ਡਾਕੂਮੈਂਟਸ ਇਹ ਆ ਇਹਦੇ ਲੌਂਗੋਵਾਲ ਦੇ ਸਾਈਨ ਹੋਏ ਨੇ ਕਿਵੇਂ ਇਹ ਸੰਤੂ ਜਿਹੜਾ ਉੱਤੇ ਸਾਡੇ ਕਬਜ਼ਾ ਇਹਨੂੰ ਕਿਸ ਤਰੀਕੇ ਨਾਲ ਬਾਹਰ ਕੱਢਿਆ ਜਾਵੇ ਨਹੀਂ ਉਹ ਜਿਹੜੇ ਸਾਈਨ ਹੋਏ ਨੇ ਚਿੱਠੀ ਔਰ ਚਿੱਠੀ ਪਾਈ ਕਿਹਨਾਂ ਨੂੰ ਗਈ ਸੀ ਉਹ ਆਪਣੇ ਨੂੰ ਕੀ ਇਹਦਾ ਨਾਂ ਹੈ ਇੰਦਰਾ ਗਾਂਧੀ ਨੂੰ ਚੀਫ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਹੈਗੀ ਮੇਰੇ ਕੋਲ ਵਟਸਐਪ 'ਤੇ ਆਈ ਆ ਉਹ ਕਰ ਲਓ ਸਾਹਿਬ ਜਿੱਥੋਂ ਮਰਜ਼ੀ ਆ ਕਢਾ ਲਓ ਜਿਹੜਾ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਬੜਾ ਖੂਨੀ ਇੱਥੇ ਜੱਦੋਜਹਿਦ ਹੋਈ ਲੜਾਈ ਹੋਈ ਹੈ ਨਾ ਉਦੋਂ ਬਾਅਦ ਜਿਵੇਂ ਹੁੰਦਾ ਸੀ ਕਿ ਪੁਲਿਸ ਵੱਲੋਂ ਜੇ ਕਿਤੇ ਕਿਸੇ ਦੇ ਘਰ ਕੋਈ ਖਾੜਕੂ ਆ ਕੇ ਠਹਿਰ ਜਾਂਦਾ ਸੀ ਤਾਂ ਉਹਨੂੰ ਵੀ ਟੋਰਚਰ ਕੀਤਾ ਜਾਂਦਾ ਸੀ ਲੇਕਿਨ ਤੁਹਾਡੇ ਦਾ ਪਰਿਵਾਰ ਦੇ ਵਿੱਚੋਂ ਸੀ ਸੁਬੇਗ ਸਿੰਘ ਤਾਂ ਸੁਬੇਗ ਸਿੰਘ ਦੇ ਇਹ ਕਦਮ ਤੋਂ ਬਾਅਦ ਤੁਹਾਡੇ ਪਰਿਵਾਰ ਨੂੰ ਪੁਲਿਸ ਨੇ ਕਿਤੇ ਟੋਰਚਰ ਕੀਤਾ ਹੋਵੇ ਜਾਂ ਕਿ ਧਮਕੀਆਂ ਮਿਲੀਆਂ ਹੋਣ ਕਿਸੇ ਕਿਸਮ ਦੀਆਂ ਵੇਖੋ ਜੀ ਪੁਲਿਸ ਵੱਲੋਂ ਆਈਬੀ ਵੱਲੋਂ ਸੀਬੀਆਈ ਵੱਲੋਂ ਇੰਟੈਲੀਜੈਂਸੀ ਜਿਹੜੀ ਸਾਡੇ ਤੋਂ ਪਿੱਛਾ ਹਜੇ ਨਹੀਂ ਛੱਡਦੀ ਨਾ ਉਦੋਂ ਛੱਡਿਆ ਅਸੀਂ ਬੱਚਿਆਂ ਨੂੰ ਆਪਣੀਆਂ ਪੈਲੀਆਂ ਵੇਚ ਕੇ ਸਾਡਾ ਕੋਈ ਕਾਰੋਬਾਰ ਸਾਰੇ ਬੰਦ ਸੀਗੇ ਜਿੱਦਾਂ ਕਦੀ ਕਿਸੇ ਦੇ ਘਰ ਰਹਿਣਾ ਕਦੀ ਕਿਸੇ ਦੇ ਘਰ ਜਾ ਕੇ ਰਹੀਦਾ ਸੀ ਲੋਕ ਰਿਸ਼ਤੇਦਾਰ ਵੀ ਸਾਨੂੰ ਘਰੋਂ ਰੱਖਣੋਂ ਹਟ ਗਏ ਸੀਗੇ ਫਿਰ ਅਸੀਂ ਜੋ ਵੀ ਆਪਣੇ ਸੱਜਣ ਮਿੱਤਰ ਚੰਗੇ ਸੀਗੇ ਬਾਜਪੁਰ ਮੇਰਾ ਫਾਰਮ ਆ ਉਹਨਾਂ ਮਦਦ ਕੀਤੀ ਫਿਰ ਬੱਚਿਆਂ ਨੂੰ ਅਸੀਂ ਹੋਸਟਲ 'ਚ ਪਾ ਕੇ ਫਿਰ ਪੜ੍ਹਾਇਆ ਫਿਰ ਅਸੀਂ ਜਿੱਦਾਂ ਧੱਕੇ ਖਾਧੇ ਸੀ 15-20 ਸਾਲ ਜਿਹੜੇ ਸੀ ਜਦੋਂ ਬੰਦੇ ਦੇ ਉੱਪਰ ਮਾੜਾ ਦੌਰ ਆ ਜਾਂਦਾ ਆ ਤਾਂ ਕਈ ਵਾਰੀ ਬੰਦਾ ਇਨਸਾਨ ਆਪਣੇ ਕੀਤੇ 'ਤੇ ਪਛਤਾਉਂਦਾ ਆ ਤਾਂ ਤੁਹਾਨੂੰ ਐਂ ਲੱਗਿਆ ਕਿ ਸੁਬੇਗ ਸਿੰਘ ਦੇ ਕਰਕੇ ਤੁਹਾਡੇ ਪਰਿਵਾਰ ਦੇ ਉੱਪਰ ਮੁਸੀਬਤਾਂ ਆ ਗਈਆਂ ਤੁਸੀਂ ਉਹ ਚੀਜ਼ ਨੂੰ ਕੋਸਦੇ ਹੋ ਨਹੀਂ ਨਹੀਂ ਬਿਲਕੁਲ ਨਹੀਂ ਕੋਸਣ ਵਾਲਾ ਕੋਈ ਚੱਕਰ ਹੀ ਨਹੀਂ ਸੀਗਾ ਕਿਉਂ ਉਹਨਾਂ ਕੋਈ ਮਾੜੀ ਗੱਲ ਕੀਤਾ ਨੇ ਹਿੰਦੁਸਤਾਨ ਦੀ ਗੌਰਮੈਂਟ 'ਚ ਰਹਿ ਕੇ ਸਿਰ ਮੂੰਹ ਮਨਾ ਕੇ ਮੁਸਲਮਾਨ ਦਾ ਭੇਸ ਧਾਰ ਕਰਕੇ ਬ੍ਰਿਗੇਡੀਅਰ ਰੈਸ ਬੇਗ ਦੇ ਨਾਂ 'ਤੇ ਮੁਕਤੀਵਾਨੀ ਨਾਲ ਲੜਾਈ ਲੜੀ ਹਿੰਦੁਸਤਾਨ ਵਾਸਤੇ ਪੂਰਾ ਉਹਨਾਂ ਕੰਮ ਕੀਤਾ ਔਰ ABS PVS ਮੈਡਲ ਮਿਲੇ ABSM ਅਤੇ PVSM ਉਹਨਾਂ ਦੀ ਬਹਾਦਰੀ ਨੂੰ ਉਹਨਾਂ ਦੀ ਜਾਂ ਕਿਸੇ ਤਰ੍ਹਾਂ ਵੀ ਤਰੱਕੀ ਜੋ ਵੀ ਉਹਨਾਂ ਨੇ ਕੀਤਾ ਆਪਣਾ ਸੋਚ ਸਮਝ ਕੇ ਕੀਤਾ ਬਾਅਦ 'ਚ ਗੱਲ ਆ ਗਈ ਸਿੱਖਾਂ ਦੀ ਸਿੱਖਾਂ ਦੇ ਹੱਕਾਂ ਦੀ ਲੜਾਈ ਵਾਸਤੇ ਫਿਰ ਉਹਨਾਂ ਉੱਧਰ ਲੜੇ ਅੱਜ ਵੇਖੋ ਹਿੰਦੁਸਤਾਨ ਦੇ ਵਿੱਚ ਜਨਰਲ ਬਿਕਰਮ ਸਿੰਘ ਜਨਰਲ ਮਤਲਬ ਕਿ ਮਾਨਕ ਸ਼ਾਹ ਵਗੈਰਾ ਹੋਰ ਬੜੇ ਜਰਨੈਲ ਹੋਏ ਨੇ ਸਿੱਖਾਂ ਦੇ ਵਿੱਚ ਵੀ ਬੜੇ ਜਰਨੈਲ ਹੋਏ ਨੇ ਠੀਕ ਹੈ ਉਹਨਾਂ ਦਾ ਨਾਂ ਹੈ ਨਹੀਂ ਗਾ ਉਹਨਾਂ ਨੇ ਵੀ ਹਿੰਦੁਸਤਾਨ ਵਾਸਤੇ ਲੜਾਈਆਂ ਲੜੀਆਂ ਔਰ ਜਿੱਤੀਆਂ ਵੀ ਇਹਨਾਂ ਦਾ ਨਾਂ ਇਸ ਕਰਕੇ ਹੋ ਗਿਆ ਪਾਪੂਲਰ ਕਿਉਂ ਇਹਨਾਂ ਨੇ ਕੌਮ ਲਈ ਲੜਾਈ ਲੜੀ ਹੈ ਕੌਮ ਦੇ ਹੱਕਾਂ ਲਈ ਵੀ ਲੜਾਈ ਪੰਜਾਬ ਦੇ ਹੱਕਾਂ ਲਈ ਵੀ ਲੜਾਈ ਲੜੀ ਆ ਔਰ ਸ਼ਹੀਦੀ ਸਾਹਿਬ ਦੇ ਚਰਨਾਂ ਵਿੱਚ ਪਾਈ ਆ ਕੋਈ ਲਾਲਚ ਨੂੰ ਨਹੀਂ ਕੀਤਾ ਸਿਰਫ ਪੰਜਾਬ ਦੇ ਹੱਕਾਂ ਲਈ ਲੜਾਈ ਸੀਗੀ ਬਾਕੀ ਇਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀਗੀ ਉਹਦੇ ਕਰਕੇ ਹੁਣ ਅਸੀਂ ਉਹਨਾਂ ਨੂੰ ਕਿੱਦਾਂ ਮਾੜਾ ਕਹਿ ਸਕਦੇ ਨਾ ਅਸੀਂ ਸੰਤਾਂ ਨੂੰ ਕਹਿ ਸਕਦੇ ਨਾ ਸੰਤਾਂ ਦੇ ਪੈਰੋਕਾਰਾਂ ਨੂੰ ਅਸੀਂ ਮਾੜਾ ਕਹਿ ਸਕਦੇ ਹਾਂ ਨਾ ਭਾਈ ਸਾਹਿਬ ਨੂੰ ਸੁਬੇਗ ਸਿੰਘ ਦਾ ਪਰਿਵਾਰ ਉਹਨਾਂ ਦੀ ਪਤਨੀ ਬੱਚੇ ਇਸ ਟਾਈਮ ਉਹ ਕੀ ਕੰਮ ਕਰਦੇ ਨੇ ਔਰ ਕਿੱਥੇ ਨੇ ਉਹ ਉਹਨਾਂ ਦੇ ਮੈਸੇਜ 'ਤੇ 12-13 ਸਾਲ ਹੋ ਗਿਆ ਗੁਜ਼ਰ ਗਿਆ ਦੇਹਰਾਦੂਨ ਸੀਗੇ ਉਹ ਵੀ ਗੁਜ਼ਰ ਗਿਆ ਜਿਹੜਾ ਵੱਡਾ ਲੜਕਾ ਉਹ ਅਮੈਰੀਕਾ ਹੈ ਸੈਕਰਾਮੈਂਟੋ ਆ ਅਤੇ 2 ਦੇਹਰਾਦੂਨ ਨੇ ਕੰਮ ਕੋਈ ਨਹੀਂ ਗਾ ਬਿਜ਼ਨਸ ਕੋਈ ਨਹੀਂ ਚੱਲਦਾ ਸਾਰੇ ਕਾਰੋਬਾਰ ਠੱਪ ਨੇ ਅੱਜ ਵੇਖੋ ਕਰਨਲ ਦੀ ਪੈਨਸ਼ਨ ਜਿਹੜੀ ਹੈ 1,00,000 ਰੁਪਈਆ ਉਹਨਾਂ ਨੇ ਕੁਛ ਨਹੀਂ ਸਾਰੇ ਘਰੇ ਬੈਠੇ ਕਿਸੇ ਨੂੰ ਕੋਈ ਗੱਲਬਾਤ ਨਹੀਂ ਇੱਕ ਇਹ ਵੀ ਦੌਰ ਆਇਆ ਜਿਹੜੇ ਖਾੜਕੂ ਸੀ ਕਈ ਪਰਿਵਾਰਾਂ ਨੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ 'ਚ ਉਹਨਾਂ ਦਾ ਲਾਹਾ ਵੀ ਖੱਟਣਾ ਚਾਹਿਆ ਪੈਸੇ ਵੀ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਕੁਝ ਸਿੱਖ ਜਥੇਬੰਦੀਆਂ ਨੇ ਵੀ ਸ਼ਹੀਦਾਂ ਦੇ ਨਾਮ 'ਤੇ ਬੜੇ ਪੈਸੇ ਇਕੱਠੇ ਕੀਤੇ ਤੁਹਾਨੂੰ ਤਾਂ ਇਸ ਗੱਲ ਦਾ ਪਤਾ ਹੀ ਹੋਊਗਾ ਤਾਂ ਕਿਤੇ ਤੁਸੀਂ ਵੀ ਟਰਾਈ ਕੀਤਾ ਕਿ ਤੁਹਾਨੂੰ ਕਿਤੇ ਮਾਲੀ ਮਦਦ ਮਿਲ ਜੇ ਜਾਂ ਕੋਈ ਜਿਹੜੀਆਂ ਜਥੇਬੰਦੀਆਂ ਤੁਹਾਡੇ ਕੋਲ ਅਪਰੋਚ ਕਰਦੀਆਂ ਹੋਣ ਕਿ ਸਾਡੇ ਕੋਲ ਪੈਸੇ ਲੈ ਲਓ ਕਿਸੇ ਇਸ ਕਿਸਮ ਦਾ ਵੇਖੋ ਜੀ ਅਸੀਂ ਇਸ ਪਾਸੇ ਨਾ ਆਏ ਜਥੇਬੰਦੀ ਨੂੰ ਆਉਣ ਮੈਂ ਵੀ ਬਣਾ ਸਕਦਾ ਟੁੱਟਿਆਂ ਬੰਦਿਆਂ ਨੂੰ ਅੱਜ ਮਾਨ ਦੀ ਜਥੇਬੰਦੀ ਕਿੱਥੇ ਸਿਮਰਨ ਸਿੰਘ ਮਾਨ ਅੰਮ੍ਰਿਤਸਰ ਅਕਾਲੀ ਦਲ ਦਾ ਪ੍ਰਧਾਨ ਸੀ ਅਸੀਂ ਕਿੱਥੇ ਆ ਗਿਆ ਇਸ ਕਰਕੇ ਅਸੀਂ ਇਹੋ ਜਿਹੇ ਅਸੀਂ ਟੁਕੜੇ ਨਹੀਂ ਹੋਣ ਦੇਣਾ ਚਾਹੁੰਦੇ ਕਿ ਜ਼ਿਆਦਾ ਜਥੇਬੰਦੀਆਂ ਨਾ ਬਣਨ ਜਿਹੜੀਆਂ ਹੈਗੀਆਂ ਉਹ ਵੀ ਇਕੱਠੀਆਂ ਰਹਿਣ ਪਰ ਇਹਨਾਂ ਫਿਰ ਜਥੇਬੰਦੀਆਂ ਬਣਾਈ ਗਏ
सॉरी फटेशन बनाई गए तो की फायदा है खेरों खेरों हो गए तुरे फिर अं कि कोई मदद नहीं मंगी जे कि जाइए एक बार वाकई भैन जी आए ही बाजपुरों मेरे वे भैन जी जनरल साहब के छोटे तो अं दरबार साहब कमरा मंगया ही जिन्हें कमरा नहीं दिता कि ने एस जी पी सी वाले जो उ कमरे अलाट करते हैं रीजन की दिता इन्होंने कमरा कुछ भी नहीं जो कुछ उ सारे कहे भेज दो कुछ चलता तो अं इन्हों को आस रख सकते अं गुरु रामदास के उत्ते आस आई अज तक ना उन्होंने कोई गेट बनाने लिए माता जी कहें गुरद्वारा बना माता जी बिल्कुल नहीं क्यों गुरद्वारे वेखो साढ़े गुरु हरगोबिंद साहब का गुरद्वारा है अं उस तो छबेक व्डा नहीं अं इतने कोई गुरद्वारा नहीं बना हाँ इन्ना जरूर है हूँ अं चाहते हाँ कि मैं देश से विदेश बैठे जिन्हें अपने सज्जन ने जोड़े शहीदों मानते ने जो सत्कार करदा उन्होंने बेनती करदा कि उन्होंने पिंड कोई स्टेडियम बना स्टेडियम ना जरा कोई अपना जिन्हों की कहें जिते म्यूजियम बना बन जाए तो उन्होंने बुत लग जाए जिदा शहीद भगत सिंह का लगा आ मेरी रिक्वेस्ट है तो तुम मेरे नाल बेनत करो थोड़ी जी मेरा फोन नंबर दे दे जो चाहते हो तो राय दे सकते हैं पैसे नहीं मैं मंगता एक गल जी होर भी जी गल तो संत जरनैल सिंह होना ने संघर्ष किया आगे सुबेक सिंह होनी रल गए तो नहीं लगता कि संघर्ष कितना कितने जी मंगा सी उवें पेंडिंग पईयां ने मसला कोई भी हल नहीं होया खूनी दौर एक कई मतलब घर तबाह करके चले गया ये पिछे तुम हार मानते हो जा उन्हां लोगों की प्राप्ति अगे चलो वह कुर्बानी कर गए पर कौम अगे कुछ नहीं खट सकी कौम के लीडर माड़े ने पहले भी होनी जी पब्लिक आ सिख है चाहे हिंदू कोई माड़े नहीं गए ये हर एक पिछले लग रहे उन्होंने सहयोग पहले भी देंदे ही हूँ भी देंदे रहे आज जो हम बरगाड़ी मोर्चा ही ये कहते हैं तार पेटू कर देंगे ने ये लीडर पैसे वाले होंगे ने हौली हौली खरीद लेंगे ने फिर पब्लिक का मोह टुट जाता जोड़े संतान शहीद होए ने संत होए ने जनरल साहब होए ने उन्होंने पब्लिक जी सत्कार करती है तो करते रहेंगे उन्होंने अपने वास्ते लड़ाई नहीं लड़ी उन्हें पंथ वास्ते लड़ाई लड़ी है तो पंजाब की लड़ाई लड़ी है पंजाब के हकों की लड़ाई लड़ी है इस करके वो सत्कार योग ने चाहे उन्हें जो अपना कोई छोटे बच्चे से जो वे बीबिया जी नजायज मारे गए उन्होंने दुख है और उन्हें हर एक का भी मतलब कि हर एक उन्होंने दुख है कि इदा नहीं होना चाहिए संगत को बाहर कढ़ के जो मर्जी करते रहेंगे सरदार साहब एक गल होर जिवें दरबार साहब के उपर अटैक होया तो कुछ जिहड़े कट्टर किस्म के हिंदू से उन्होंने खुशी भी मनाई भी बहुत वधिया होया है ना तो जिहड़े तुहाडे आंढ गुआंढ दे विच तुसीं अमृतसर शहर च रहण वाले हो तो आंढ गुआंढ दे जिहड़े हिंदू ने तुहाडे परिवार नाल की एक वखरेवां बना के चलते जां तुहाडा एक वधिया तुसीं एक आंढ गुआंढी के तौर पर विचर भी रहे हिंदुआं दे नाल नहीं वेखो इत्थे कोई साडा किसे नाल कोई विदकार नहीं ना हिंदुआं विरगे इह शैतान लोक हुंदे ने एजेंसियां करवा देंदियां उहदे मुताबक वह कर कुर लेंदे ने बाकी हर एक दा दिल दुखी है दरबार साहब दे सब तो ज़्यादा पहला हिंदू लोग जाके मत्था टेकदे फिर अपनी दुकाना खोलते हैं चाहे पंडित है चाहे कोई है उहदे च दरबार साहब नूं सारे नमस्कार करते हैं इत मान सन्मान करते हैं हर कौम शैतान बंदे दे हुंदे ने शैतानी करवा देंदियां एजेंसियां करवा देंदियां वह फिर कौमां नूं भुगतना पैंदा वैसे साढ़े नाल इत्थे सारे बड़े प्यार सत्कार नाल रहे ने इहो जी कोई नौबत नहीं आई बाकी मैं फिर दोबारा बेनती करना सारी विदेश रहन वाले सिखा भी तो दूसरे भी बाकी पंजाब भी जेड़े जेड़े है ने मैं जनरल साहब वास्ते एक सुझाव मांगदा कि उन्होंने पिंड कोई ना कोई म्यूजियम बन जाए जे उन्होंने चंगा लगे तो मेरा फोन नंबर है 9569562508 ठीक है जी ये मैं बेनती करना जो उन्होंने प्रवान हो तो मैं ये सुझाव भेज सकते हैं मैं पैसा नहीं मांगता सुझाव मांगता कि बनना चाहिए नहीं बनना चाहिए बाकी मैं पिंड च घर साडा है जो म्यूजियम बनाना चाहिए उत्थे बना सकते पिंड वाले सहयोग देंगे उत्थे मैं चाहना एक ब्लड बैंक तो एक अपने एंबूलेंस हो जाए जेडे लागे गरीब गुरबा उन्होंने उन्होंने सहूलत मिल जाए ठीक है नी जो अपना जिस तरह सुझाव देंगे मैं उन्होंने प्रवान करूँगा ठीक है नी बहुत बहुत उन्होंने धन्यवाद होगा बिल्कुल जी एक बड़ी चंगी गल की है कि गरीबों वास्ते भी ब्लड बैंक की सहूलत ज एंबूलेंस जिसे करके आम लोग ने कई बार मेडिकल सहूलतों तो वांझे रह जाते हैं तो मतलब परिवार को किसी किस्म का कोई नुकसान भी झलना पै जाता है सो ये मंग यह तो चलो हम लोगों की मर्जी इन्होंने अपनी मंग रखनी सी रख ली पर गल कितना कितने सवाल उ रह गए हैं कि जिहड़े काम पिछे लोगों ने कुर्बानियां कीतियां घर के घर तबाह कर ले सवाल वो पंजाब दीआं मंगां अज भी ज्यों दीआं
क्यों ही खड़िया ने और ईवन के जिहड़ी सत्ताधारी पार्टियां जिहड़ियां कदे पंथक होण दा अज भी दावा करदियां ने पंथक होण दा और उन्हां दिनां दे विच मोढे नाल मोढा जोड़ के तुरदे भी सीगे सी पंथक आ सी पंजाब दे मसले हल करने अज उन्हां पार्टियां ने अपने चोण मैनीफेस्टोआं दे विचों भी पंजाब दे मुद्दे जिहड़े सी मनफी कर दित्ते बिल्कुल विसार दित्ते गए ईवन के कितें उन्हां दी गल जिक्र तक नहीं हुंदा कि पंजाब दे जिहड़े बुनियादी मुद्दे पाणियां दे पंजाबी बोल दे मुद्दे सी उह सारे दे सारे अज ठंडे बस्ते दे विच पा के खत्म कर दिते गए। सो ये साढ़े नाल तुसी कुछ कहना चाहुंदे हो? हाँ जी, हाँ जी, मैं बेनती करनी चाहुंदा ये पंजाब किड्डा वड्डा है महाराजा रणजीत सिंह दा, अब्बल तो सानू वड्डा पंजाब मिलना चाहिए है। अद्धा पाकिस्तान चला गया, अद्धा रह गया, अद्धे चो तीन स्टेटा फिर बन गई, दो घंटे का साडा पंजाब का बॉर्डर रह गया, उहदियां भी सारियां सहूलतां बिजली पानी पंजाबी बोलते इलाके कुछ के अज तक घटता गया घटता गया, पंजाब नशा वध गया, बेरोजगारी बेरोजगारी वध गई है। जे मैनेजमेंट हो कोई गवर्नमेंट जीवी हो अपने फर्ज समझते हो तो आ कुछ हों फुटपाथ भरे पे ने लोग हर तरह परेशान ने की कर लोग वोटा सिर्फ इन्होंने है कि अं वोट बैंक ने रिक्शे वाले गरीब भी वधाई जाते हैं अपने वोट बैंक बनाई जाते हैं बाकी इन्हों ना पंजाब ना पंजाब नू कोई लीडर नू पंजाब ना प्यार है सत्कार है ना इहदा कोई फिक्र है ना सेंटर नू सेंटर नू ते आजाद होने तो बाद तो ही प्यार खत्म है वो तो इस चीज़ नू चाहुंदा नहीं जो चाहुंदा वो कर चुका है बाकी रही कसर होने वाले चीफ मिनिस्टर तो पुराने जिहड़े उन्होंने कढ दित्ती हुई है हुण तो पंजाब रुलिया पिया अज नहरां दा पानी आया पानी सारा उत्ते आ जाता पानी नहरां दा सारा गांह देता बिजली दा अपने बिल आउण डिया माफ कीते आ पानी चुक्या सारा सुकी जाण डिया ये सारा कुछ व्योंतबंदी नाल आ सेंटर दी व्यों दे उत्ते सब कुछ चल रहा इत्थे चीफ मिनिस्ट्री उही कामयाब चीफ मिनिस्टर आ जिहड़ा इत्थे छित्र वा के रखूगा तो बेरोज़गारी वधाऊगा ये भले लिए पंजाब की भले लिए जिहड़ा काम करूगा वह चीफ मिनिस्टर नहीं बन सकता। बिल्कुल जी, ये सन साढ़े नाल बैन सिंह ख्याला जी जो कि सुवेग सिंह दे भरा ने और इन्होंने अपने विचार दसे और अज भी जिहड़े बुनियादी सिद्धांत लैके चले सी सुवेग सिंह हुणी उन्होंने उपर कायम है परिवार और जिदा इन्होंने दावा किया कि कदे किसी को बेन सिंह माफ़ करना सुवेग सिंह दे नाम के उपर कदे पैसा नहीं लिया ना ही कदे कोई उन्होंने शहीदी नूं वेचण की कोशिश की है। सो इदां दे परिवार पंजाब दे विच बहुत ने जिन्होंने अपना जिहड़ा उसूल सी सिद्धांत सी कायम रखे। असी किसी होर शख्सियत दे नाल किसी अजिहे परिवार दे नाल तुहाडी मुलाकात करवावांगे, सानूं दिओ इजाजत, धन्नवाद।